ਹਾਂਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੇ ਮੇਰੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਅਸੀਂ ਇਸ ਭਰਤੀ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ ਜਿਹੋ ਬਠਿੰਡਾ ਕੋਰਟ ਵਿੱਚ ਨਿਕਲ ਕੇ ਆਈ ਹੈ ਪੀਐਨ ਭਰਤੀ ਉਸ ਬਾਰੇ ਚਰਚਾ ਕਰਾਂਗੇ ਕਿ ਕੌਣ-ਕੌਣ ਫਾਰਮ ਭਰ ਸਕਦਾ ਹੈ ਅੱਜ ਲਾਸਟ ਡੇਟ ਇਸ ਦੀ ਹੈਗਾ ਫਾਰਮ ਨੂੰ ਜਿਹੜੇ ਕੈਂਡੀਡੇਟ ਨੇ ਭਰਨੇ ਹਨ ਉਹ ਅੱਜ ਇਸ ਦੇ ਭਰ ਸਕਦੇ ਹਨ ਤੇ ਵੀਡੀਓ ਨੂੰ ਜਲਦੀ-ਜਲਦੀ ਲਾਈਕ ਜਰੂਰ ਕਰ ਦਿਓ ਤੇ ਬੈਲ ਆਈਕਨ ਤੇ ਪ੍ਰੈਸ ਕਰਕੇ ਹਾਲ ਤੇ ਕਲਿੱਕ ਕਰ ਦਿਓ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਮੇਰੀਆਂ ਸਭ ਤੋਂ ਪਹਿਲਾਂ ਪਹੁੰਚ ਸਕੇ ਹਾਂਜੀ ਬਠਿੰਡਾ ਹਾਈ ਸਿਰਫ ਫੋਟੋ ਟੈਸਟ ਸਿੰਘ ਕਾਪੀਆਂ ਸਾਰੀਆਂ ਟੈਸਟ ਕਰਕੇ ਇਸ ਨਾਲ ਤੁਸੀਂ ਲਗवानीਆਂ ਹਨ ਫਾਰਮ ਭਰਨ ਵੇਲੇ ਤੇ ਦੋ ਫੋਟੋਗ੍ਰਾਫਸ ਕੰਪਲੀਟ ਬਾਇਓ ਡਾਟਾ ਇੱਕ ਹੀ ਪ੍ਰੋਸੈਸ ਵਿੱਚ ਦਿੱਤੀਆਂ ਗਿਆ ਨੇ ਅੱਜ 5 ਵਜੇ ਤੱਕ ਕਰ 14 ਜਨਵਰੀ ਤਿੰਨ ਤੱਕ ਭਰ ਸਕਦੇ ਹੋ ਤੇ ਇਸ ਵਿੱਚ ਤੁਸੀਂ ਦੇਖ ਸਕਦੇ ਹੋ 21 ਪੀਐਨ ਦੀਆਂ ਵੈਕੈਂਸੀਆਂ ਇਸ ਵਿੱਚ ਹਨ ਤੇ ਛੇ ਵੈਕੈਂਸੀਆਂ ਪ੍ਰੋਸੈਸ ਸਰਵਰ ਦੀਆਂ ਹਨ ਜੀ ਪੀਐਨ ਦੇ 8ਵੀਂ ਪਾਸ ਵਾਲੇ ਭਰ ਸਕਦੇ ਐ ਇਸ ਨੂੰ 3900 ਰੁਪਏ ਤੋਂ ਲੈ ਕੇ 10000 ਤੱਕ ਲੈ ਕੇ ਤੁਸੀਂ 12000 ਤੱਕ ਤੁਹਾਨੂੰ ਸੈਲਰੀ ਇਸ ਵਿੱਚ ਮਿਲੇਗੀ ਪੀਐਨ ਦੇ ਵਿੱਚ ਤੇ 13000 ਤੱਕ ਸੈਲਰੀ ਤੁਹਾਨੂੰ ਮਿਲੇਗੀ ਪ੍ਰਸ਼ਾਸਨ ਰਵੇ ਵਿੱਚ ਪ੍ਰਸ਼ਾਸਨ ਰਵੇ ਵਿੱਚ ਤੁਹਾਨੂੰ 10ਵੀਂ ਪਾਸ ਜ਼ਰੂਰੀ ਹੋਣੀ ਚਾਹੀਦੀ ਹੈ ਪੰਜਾਬੀ ਲੈਂਗੁਏਜ ਆਣੀ ਚਾਹੀਦੀ ਹੈ ਬੋਲਣੀ ਤੇ ਪੀਐਨ ਵਿੱਚ ਤੁਹਾਨੂੰ 8th ਪਾਸ ਤੁਸੀਂ ਹੋਣੇ ਚਾਹੀਦੇ ਹਨ ਤੇ ਤੁਹਾਨੂੰ ਪੰਜਾਬੀ ਬੋਲਣੀ ਆਣੀ ਚਾਹੀਦੀ ਹੈ ਜੀ 18 ਤੋਂ 35 ਸਾਲ ਵਾਲੇ ਦੋਨੇ ਫਾਰਮ ਭਰ ਸਕਦੇ ਹਨ ਪਰਫੋਰਮਾ ਤੁਹਾਨੂੰ ਆਪਣੇ ਪੀਡੀਐਫ ਡਿਸਕ੍ਰਿਪਸ਼ਨ ਵਿੱਚ ਲਿੰਕ ਕਰਵਾ ਦਮ ਤੁਸੀਂ ਭਰ ਕੇ ਇਸ ਨੂੰ ਸਬਮਿਟ ਕਰਵਾ ਸਕਦੇ ਹੋ ਇਟ ਇੰਪੋਰਟੈਂਟ ਹੈ ਇੱਕ ਇੰਪੋਰਟੈਂਟ ਜੋ ਕਿ ਇਨਸਟਰਕਸ਼ਨ ਹਨ ਤੁਹਾਨੂੰ ਮੈਂ ਥੱਲੇ ਦੱਸ ਦਿੰਨਾ ਜੀ ਅੱਜ 5 ਵਜੇ ਤੱਕ ਤੁਸੀਂ ਇਸ ਨੂੰ ਜਮ੍ਹਾਂ ਕਰਵਾ ਸਕਦੇ ਹੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਫਾਰਮ ਭਰੇ ਉਹ ਜਰੂਰ ਇਸ ਫਾਰਮ ਨੂੰ ਭਰ ਲੈਣ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕਰ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ